ਸਤਿ ਸ੍ਰੀ ਅਕਾਲ ਐਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਹੋਈ ਚੋਰੀ, ਲੁਟੇਰੇ ਕਾਰ ਲੈ ਕੇ ਹੋਏ ਫਰਾਰ, ਦਿਨ ਦਿਹਾੜੇ ਵਾਪਰੀ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ। ਅਰਵਿੰਦ ਕੇਜਰੀਵਾਲ ਵੀ ਸੁਖਪਾਲ ਖਹਿਰਾ ਦੇ ਡਰੱਗ ਦੇ ਪੈਸਿਆਂ ਦਾ ਹਿੱਸੇਦਾਰ, ਕਿਹਾ ਵਿਰਸਾ ਸਿੰਘ ਵਲਟੋਹਾ ਨੇ। ਕਿਹਾ ਇਸੇ ਕਰਕੇ ਨਹੀਂ ਕੀਤੀ ਜਾ ਰਹੀ ਖਹਿਰਾ ਖਿਲਾਫ ਕਾਰਵਾਈ। ਵੱਖ ਵੱਖ ਥਾਵਾਂ ਤੇ ਹੋ ਰਿਹਾ ਸੁਖਪਾਲ ਖਹਿਰਾ ਦਾ ਵਿਰੋਧ, ਵਿਰੋਧੀ ਪਾਰਟੀਆਂ ਖਹਿਰਾ ਦੇ ਅਸਤੀਫੇ ਦੀ ਕਰ ਰਹੀਆਂ ਨੇ ਮੰਗ। ਲੁਧਿਆਣਾ ਵਿੱਚ ਡੀਸੀ ਦਫ਼ਤਰ ਦੇ ਬਾਹਰ ਫੂਕਿਆ ਗਿਆ ਸੁਖਪਾਲ ਖਹਿਰਾ ਦਾ ਪੁਤਲਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਥੇ ਉਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਵਾਲੀ ਕਲੋਨੀ ਹੌਲੀ ਸਿਟੀ ਵਿੱਚ ਇੱਕ ਵਿਅਕਤੀ ਨੂੰ ਕਾਰ ਸਮੇਤ ਅਗਵਾ ਕਰ ਲਿਆ। ਦੋਸ਼ੀ 2 ਕਿਲੋਮੀਟਰ ਦੂਰ ਜਾਣ ਤੋਂ ਬਾਅਦ ਕਾਰ ਮਾਲਿਕ ਨੂੰ ਸੁੱਟ ਕੇ ਕਾਰ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਪੌਸ਼ ਏਰੀਏ ਵਿੱਚ ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਗੇ ਚੰਡੀਗੜ੍ਹ ਜਾਣਾ ਸੀ ਉਹਦੀ ਬਾਈਕ ਨੇ, ਕੋਈ ਚੰਡੀਗੜ੍ਹ ਦੀ ਉਹਨਾਂ ਦੀ ਅਪਾਇੰਟਮੈਂਟ ਸੀਗੀ, ਉੱਥੇ ਛੱਡ ਕੇ ਜਦੋਂ ਤੁਰਿਆ ਤਾਂ ਉਹਦੀ ਤੁਰਨ ਤੋਂ ਬਾਅਦ ਅਬਾਊਟ 5:30 ਉੱਥੇ ਛੱਡਿਆ ਉਹਨਾਂ ਨੂੰ, 35 ਕਿਲੋਮੀਟਰ 6:45 ਜਦੋਂ ਉੱਥੇ ਪਹੁੰਚਿਆ ਤਾਂ ਮਗਰ ਹੀ ਇੱਕ ਇੰਡੀਗੋ ਗੱਡੀ ਆਈ ਹੈ, ਹਰਿਆਣਾ ਨੰਬਰ ਗੱਡੀ ਸੀਗੀ। ਜਦੋਂ ਇਹ ਗੱਡੀ ਆਪਣੀ ਬੰਦ ਕਰਕੇ ਅੰਦਰ ਜਾਣ ਲੱਗਿਆ, ਇਹਨੂੰ ਆਵਾਜ਼ ਮਾਰ ਕੇ ਰੋਕ ਕੇ ਪਹਿਲਾਂ ਦੀ ਗੱਡੀ ਦੀ ਚਾਬੀ ਲਈ ਹੈ, ਉਹ ਤੋਂ ਬਾਅਦ ਇਹਦੇ ਕੋਲੋਂ ਇਹਨੂੰ ਵੀ ਨਾਲ ਬਿਠਾ ਕੇ ਨਾਲ ਲੈ ਗਏ। ਸੀ ਸੀ ਟੀ ਵੀ ਫੁਟੇਜ ਸਾਨੂੰ ਇੰਨੀ ਆਈ ਹੈ ਵੀ ਗੱਡੀਆਂ 2 ਆ ਰਹੀਆਂ, ਇਹਦਾ ਮਤਲਬ ਇਹ ਹੈ ਵੀ ਉਸ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ। ਸਾਡੇ ਕੋਲ ਸੀਸੀਟੀਵੀ ਫੁਟੇਜ ਉਹ 3 ਬੰਦੇ ਸੀਗੇ ਉਹਦੇ ਦੱਸਣ ਮੁਤਾਬਕ, ਬਟ ਇਹਦੇ 'ਚ ਇਹ ਹੈਗਾ ਕਿ ਉਹ ਉਹਨਾਂ ਦੇ ਮੂੰਹ ਕਵਰ ਸੀਗੇ, ਪਛਾਣਿਆ ਕੋਈ ਨਹੀਂ। ਹਾਂ, ਚੰਗੀ ਲੋਕੈਲਿਟੀ ਹੈ, ਅੱਛੀ ਹੈ, ਡਿਗਨਿਟਰੀ ਰਹਿੰਦੇ ਨੇ, ਵਧੀਆ ਕਲੋਨੀ ਹੈ, ਪਰ ਇਹ ਹੈ ਵੀ ਉਹਦਾ ਉਹਨੂੰ ਸੌਫਟ ਟਾਰਗੇਟ ਦੇ ਕੇ ਪਿੱਛਾ ਹਾਲਗੇਟ ਤੋਂ ਹੀ ਕੀਤਾ ਲੱਗਦਾ, ਜਿਸ ਜੋ ਹੁਣ ਤੱਕ ਦੀ ਤਸਦੀਕ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਮਾਫੀਆ ਕਰਾਰ ਦਿੰਦੇ ਹੋਏ ਕਿਹਾ ਕਿ ਨਸ਼ਾ ਤਸਕਰੀ ਤੋਂ ਕਮਾਏ ਖਹਿਰਾ ਵੱਲੋਂ ਕਰੋੜਾਂ ਰੁਪਇਆਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਹਿੱਸਾ। ਇਹੀ ਕਾਰਨ ਹੈ ਕਿ ਕੇਜਰੀਵਾਲ ਅਦਾਲਤ ਵੱਲੋਂ ਦੋਸ਼ੀ ਦੱਸੇ ਗਏ ਖਹਿਰਾ ਦੇ ਖਿਲਾਫ਼ ਕਾਰਵਾਈ ਨਹੀਂ ਕਰ ਰਹੇ, ਜਦਕਿ ਕੇਜਰੀਵਾਲ ਨੂੰ ਚਾਹੀਦਾ ਕਿ ਉਹ ਤੁਰੰਤ ਖਹਿਰਾ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦੇਣ। ਬਿਲਕੁਲ, ਧਿਆਨ ਭੜਕਾਉਣ ਵਾਸਤੇ ਕਰਦੇ ਸੀਗੇ, ਚਿਹਰੇ 'ਤੇ ਜਿਹੜਾ ਇਹਨਾਂ ਨੇ ਨਕਾਬ ਪਾਇਆ ਸੀ ਉਹ ਹੁਣ ਲੱਥ ਗਿਆ, ਅਤੇ ਸੱਚਾਈ ਜਿਹੜੀ ਆ ਲੋਕਾਂ ਦੇ ਸਾਹਮਣੇ ਆ ਗਈ ਆ ਕਿ ਇਹ ਲੋਕ ਜਿਹੜੇ ਡਰੱਗ ਦੇ ਬਹੁਤ ਵੱਡੇ ਸਮਗਲਰ ਨੇ, ਔਰ ਨਾਲ ਹੀ ਜਿਹੜੀ ਸਾਡੀ ਲੀਡਰਸ਼ਿਪ 'ਤੇ ਦੋਸ਼ ਲਾਉਂਦੇ ਸੀ ਉਹਨਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ। ਪੰਜਾਬ ਦੀ ਉਹ ਅਖਬਾਰ ਜਿਹੜੀ ਨਾਮੀ ਅਖਬਾਰ ਹੈ ਜਿਹਨੂੰ ਆਧਾਰ ਬਣਾ ਬਣਾ ਕੇ ਲੋਕ ਪ੍ਰਚਾਰ ਕਰਦੇ ਸੀ, ਉਸ ਅਖਬਾਰ ਨੇ ਵੀ ਕਹਿ ਦਿੱਤਾ ਕਿ ਇਹ ਸਭ ਕੁਛ ਗਲਤ ਹੋਇਆ ਹੈ, ਸਾਡੇ ਕੋਲ ਵੀ ਗਲਤੀ ਹੋਈ ਹੈ, ਕੋਈ ਅਜਿਹਾ ਹੈ ਨਹੀਂ ਕਿਸੇ ਥਾਂ 'ਤੇ। ਅਸੀਂ ਵੀ ਇਨਵੈਸਟੀਗੇਸ਼ਨ ਕਰ ਲਈ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਪਾਕ ਸਾਫ ਨੇ, ਅਸੀਂ ਉਹਨਾਂ ਕੋਲੋਂ ਮਾਫੀ ਮੰਗਦੇ ਹਾਂ। ਅਤੇ ਇਸ ਕਰਕੇ ਜਿਹੜੇ ਇਹ ਲੋਕ ਨੇ ਇਹ ਧੰਦਾ ਖੁਦ ਕਰਦੇ ਸੀ ਅਤੇ ਬਦਨਾਮ ਅਕਾਲੀ ਦਲ ਨੂੰ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਰਦੇ ਸੀ। ਪਹਿਲੋਂ ਕਹਿੰਦਾ ਸੀ ਜਿਹੜੇ ਸੰਮਣ ਜੇ ਆ ਜੀ ਇਹ ਤਾਂ 319 ਆ, 319 ਮੇਰੇ 'ਤੇ ਬਣਦੀ ਨਹੀਂ ਕਿਉਂਕਿ ਫੈਸਲਾ ਹੋ ਗਿਆ ਸੀਗਾ, ਇਹ ਹਾਈਕੋਰਟ 'ਚ ਇੱਕ ਮਿੰਟ ਨਹੀਂ ਟਿਕਣੇ, ਹੁਣ ਇਹ ਸਜ਼ਾ ਨੂੰ ਉਡੀਕਣ ਡਿਆ। ਅਤੇ ਮੇਰਾ ਖਿਆਲ ਹੈ ਕਿ ਜੱਜ ਸਾਹਿਬ ਨੇ ਜਿਹੜਾ ਖਦਸ਼ਾ ਪ੍ਰਗਟਾਇਆ, ਜਿਹੜਾ ਬਕਾਇਦਾ ਆਰਡਰ ਦੇ ਵਿੱਚ ਲਿਖਿਆ ਕਿ ਮੈਨੂੰ ਪੂਰਨ ਆਸਕ ਹੈ, ਮੈਂ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਬਤੌਰ ਸੰਮਨ ਦੋਸ਼ੀ ਦੇ ਤੌਰ 'ਤੇ ਸੰਮਨ ਕਰ ਰਿਹਾ, ਕਿ ਇਹਨੂੰ ਇਸ ਕੇਸ 'ਚ ਸਜ਼ਾ ਵੀ ਹੋਊਗੀ ਅਤੇ ਮੇਰਾ ਖਿਆਲ ਸਜ਼ਾ ਵੀ ਜਲਦੀ ਹੋ ਜਾਊਗੀ। ਪਰ ਜੇ ਕਿਤੇ ਕਾਂਗਰਸ ਨੇ ਜਾਂ ਕੈਪਟਨ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਇਹਦਾ ਕੋਈ ਲਿਹਾਜ਼ ਨਾ ਕੀਤਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ੁੱਕਰਵਾਰ ਬਠਿੰਡਾ ਪਹੁੰਚੇ। ਇਸ ਮੌਕੇ ਤੇ ਉਹਨਾਂ ਨੇ ਬਠਿੰਡਾ ਸ਼ਹਿਰ ਵਿੱਚ ਵੱਖ ਵੱਖ ਸਮਾਗਮਾਂ ਵਿੱਚ ਹਿੱਸਾ ਲਿਆ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਵਿੱਚ ਲੜਕੀ ਨਾਲ ਗੈਂਗਰੇਪ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਇਸ ਮੌਕੇ ਮਨਪ੍ਰੀਤ ਬਾਦਲ ਨੇ ਆਪਣੇ ਦਫ਼ਤਰ ਵਿੱਚ ਸ਼ਹਿਰ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸ਼ਹਿਰ ਵਿੱਚ ਆਯੋਜਿਤ ਵੱਖ ਵੱਖ ਥਾਵਾਂ ਤੇ ਸਮਾਗਮਾਂ ਵਿੱਚ ਹਿੱਸਾ ਲਿਆ। ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਉਸ ਬਿਆਨ ਨੂੰ ਵਾਹਿਆਤ ਦੱਸਿਆ, ਜਿਸ ਵਿੱਚ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ ਤੇ ਪ੍ਰਤਾਪ ਸਿੰਘ ਬਾਜਵਾ ਤੋਂ ਉਹਨਾਂ ਨੂੰ ਖਤਰਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਕੋਲ ਕੋਈ ਏਜੰਡਾ ਨਹੀਂ ਹੈ, ਇਸ ਲਈ ਉਹ ਅਜਿਹੇ ਬਿਆਨ ਦੇ ਰਹੇ ਨੇ।
मनप्रीत बादल ने सुखपाल खहरा के मामले ते कहा कि सुखपाल खहरा नूं खुद चाहिए कि वह फैसला लैण ते अपने अहुदे तों अस्तीफा दे देना चाहिए। पर जे ये होया है, और कोई भी इंसान है जिदे सीने च दिल है तो मैं समझदा उन्हूं इस गल ते शदीद अफसोस होएगा, और मैं समझदा कि जिन्हां ने भी वो कीता है उन्हां नूं कानून दे शिकंजे च लैणा चाहिए। ਮੈਨੂੰ ਲੱਗਦਾ ਹੈ ਕਿ ਵੈਸੇ ਤਾਂ ਮੈਂ ਜੋਤਸ਼ੀ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ, ਵਿਕਰਮ ਮਜੀਠੀਆ, ਇਹ ਜਿਹੜੀ ਸਾਰੀ ਜੁੰਡਲੀ ਹੈ, ਇਹਨਾਂ ਦੇ ਨਾਂ 'ਤੇ ਮੈਨੂੰ ਅਗਲੇ ਇਲੈਕਸ਼ਨ ਦੇ ਵਿੱਚ ਵੀ ਵੋਟ ਚੜ੍ਹਦੀ ਨਹੀਂ ਦਿਸਦੀ। ਔਰ ਉਹਨਾਂ ਨੂੰ ਇਸ ਗੱਲ 'ਤੇ ਸ਼ਾਇਦ ਇਸ ਗੱਲ ਦਾ ਸੁਖਬੀਰ ਬਾਦਲ ਨੂੰ ਪਤਾ ਵੀ ਹੋਣਾ, ਕਿਉਂਕਿ ਇਹੋ ਜਿਹੇ ਨੇਕ ਬੰਦਿਆਂ ਨੂੰ ਪੰਜਾਬ 'ਚ ਕੋਈ ਵੋਟ ਨਹੀਂ ਪਾਉਂਦਾ। ਸੋ ਇਸ ਕਰਕੇ ਹੁਣ ਜਦੋਂ ਕੈਪਟਨ ਸਾਹਿਬ ਨੇ ਇਹ ਐਲਾਨ ਕੀਤਾ ਕਿ ਮੈਂ ਇੱਕ ਪਾਰੀ ਹੋਰ ਖੇਡੂੰਗਾ, ਔਰ ਜਦੋਂ ਕਾਂਗਰਸ ਪਾਰਟੀ ਕੋਲ ਇੱਕ ਇਸ ਕਿਸਮ ਦਾ ਵਿਨਿੰਗ ਹਾਰਸ ਹੋਵੇ ਜਾਂ ਇਸ ਕਿਸਮ ਦਾ ਐਂਕਰ ਹੋਵੇ ਤਾਂ ਮੈਨੂੰ ਲੱਗਦਾ ਹੁਣ ਘਬਰਾਏ ਹੋਏ ਲੱਗਦੇ ਆ, ਔਰ ਇਹਨਾਂ ਕੋਲ ਹੁਣ ਹੋਰ ਕੋਈ ਬਿਆਨ ਨਹੀਂ ਰਹਿ ਗਿਆ ਅਤੇ ਬਸ ਕਿ ਇਹਨਾਂ ਤੋਂ ਖਤਰਾ। ਸਰਕਾਰ ਜਿਹੜੀ ਹੁੰਦੀ ਹੈ ਕਲੈਕਟਿਵ ਰਿਸਪੋਂਸੀਬਿਲਿਟੀ ਹੁੰਦੀ ਹੈ। ਸ਼੍ਰੀ ਅਰਜਨ ਦਾਸ ਸਰਵਹਿਤਕਾਰੀ ਵਰਿਸ਼ਠ ਮਾਧਮਿਕ ਵਿਦਿਆ ਮੰਦਿਰ ਸਕੂਲ ਡੇਰਾਬੱਸੀ ਵਿੱਚ ਭਾਰਤੀ ਸੰਸਕ੍ਰਿਤੀ ਦੇ ਸੰਰਕਸ਼ਣ ਅਤੇ ਵਧਾਵੇ ਲਈ 2 ਰੋਜ਼ਾ ਸੰਸਕ੍ਰਿਤਿਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਸਕ੍ਰਿਤੀ ਸੰਸਥਾਨ ਕੁਰੂਕਸ਼ੇਤਰ ਦੇ ਮਾਰਗਦਰਸ਼ਨ ਨਾਲ ਆਯੋਜਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਗਵਰਨਰ ਆਚਾਰਿਆ ਦੇਵਵਰਤ ਨੇ ਕੀਤੀ। ਇੱਕ ਪੁਜਾਰੀ ਬ੍ਰਾਹਮਣ ਕੇ ਲੜਕੇ ਕੇ ਸਾਥ ਉਸਕੀ ਮਿੱਤਰਤਾ ਹੋਗੀ और उसके संपर्क में जाकर के एक अच्छे संस्कार से जुड़ करके उसमें पढ़ने की उत्सुकता पैदा हुई और इच्छा पैदा हुई मैंने पढ़ना और आगे बढ़ना। लेकिन पिता तो फीस के भी पैसे नहीं दे सकते थे, लेकिन ऐसे मित्रों के सहयोग से वो आगे बढ़ता गया। दिमाग में बात आई अपना प्रबंध खुद करूंगा, अपने साथियों से मिल करके एक साइकिल के पैसे जुटाता अब्दुल कलाम, और स्कूल जाने से पहले उस साइकिल से अखबार बेचने का काम करता। प्यारे बच्चों, अखबार बेचने का, और जो पैसा अखबार बेचने से बचता था, जिन जिन के पैसे साइकिल खरीदने में लिए वो वापस किए और उससे अपनी फीस का और किताबों का प्रबंध किया, और इसी मेहनत और सोच के कारण मिसाइल मैन के नाम से संबोधित हुआ और भारत जैसे देश का राष्ट्रपति बना। और राष्ट्रपति भी ऐसे वैसे नहीं। इत्थे वेला हो चला एक छोटा जिहा ब्रेक दा, मिलदे आ ब्रेक तो बाद।